ਇੱਥੇ ਤੇ ਅਸੀਂ ਸਿੱਖੀ ਬਾਰੇ ਸੁਣਾ ਸਕਨੇ ਆ ਪਰ ਗੁਰਮਖੋ ਤੁਸੀਂ ਆਪਣੇ ਬੱਚਿਆਂ ਨੂੰ ਸਿੱਖੀ ਵਿਖਾਣੀ ਹੈ ਘਰ ਖਾਲਸਾ ਇਦਾਂ ਉੱਠਦਾ ਹੈ ਇਦਾਂ ਸਵੇਰੇ ਉੱਠ ਕੇ ਇਸ਼ਨਾਨ ਕਰਦਾ ਹੈ ਇਦਾਂ ਨਿਤਨੇਮ ਕਰਦਾ ਹੈ ਤੇ ਸਾਧ ਸੰਗਤ ਜਿਹੜੀ ਚੀਜ਼ ਵਿਖਾਈ ਜਾਂਦੀ ਹੈ ਉਹਦਾ ਪ੍ਰਭਾਵ ਬੜਾ ਹੈ ਹੁਣ ਸੁਣੋ ਬੜੇ ਸਿੱਖ ਪ੍ਰਚਾਰ ਕਰਨ ਵਾਲੇ ਨੇ ਪਰ ਜਿੰਨਾ ਅੱਜ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਪ੍ਰਭਾਵ ਪਿਆ ਹੈ ਇੰਨਾ ਅੱਜ ਤੱਕ ਪਿਆ ਹੀ ਨਹੀਂ ਕਿਸੇ ਤੇ ਇੰਨਾ ਅਸਰ ਹੋਇਆ ਹੀ ਨਹੀਂ ਕਿਸੇ ਦਾ ਕਿਉਂ ਭਲਾ ਇੱਥੇ ਵੇਖੋ ਵੀ ਕਿਉਂ ਅੱਜ ਬੜੇ ਰੋਸ ਮਾਰਚ ਪਟਿਆਲੇ ਆਪੇ ਹੀ 15-20 ਇਕੱਠੇ ਹੁੰਦੇ ਨੇ ਨਾਲ ਸੰਗਤ ਨੂੰ ਤੋਰ ਲੈਂਦੇ ਨੇ ਚਲੋ ਸੈਂਟਰਲ ਜੇਲ੍ਹ ਵੱਲ ਚਲੋ ਪਟਿਆਲਾ ਜੇਲ੍ਹ ਵੱਲ ਥਾਂ ਥਾਂ ਉੱਤੇ ਅਸੀਂ ਆ ਪਿੰਡ ਵਿੱਚ ਇੱਥੇ ਗਏ ਆ ਬੀਜੇ ਪਿੰਡ ਰਸਤੇ 'ਚ ਸਾਰੇ ਪਿੰਡ 'ਚ ਕੇਸਰੀ ਝੰਡੀਆਂ ਲੱਗੀਆਂ ਸਾਰੇ ਪਿੰਡ ਬੜਿਆਂ ਘਰਾਂ 'ਚ ਕਮਾਲ ਦੀ ਗੱਲ ਹੈ ਹੁਣ ਮੈਨੂੰ ਇਹ ਵੇਖੋ ਅਸੀਂ ਲੱਖ ਬੋਲਦੇ ਪਏ ਆ ਇੱਥੇ ਬੈਠੇ ਸਾਡਾ ਅਸਰ ਨਹੀਂ ਇੰਨਾ ਜਿੰਨਾ ਉਹ ਜੇਲ੍ਹ 'ਚ ਬੈਠੇ ਦਾ ਅਸਰ ਹੈ ਕਿਉਂ ਕਿਉਂਕਿ ਉਹ ਪ੍ਰੈਕਟੀਕਲੀ ਹੋ ਰਿਹਾ ਹੈ ਕਿਹਾ ਨਹੀਂ ਉਹ ਇਹ ਵੀ ਉਹ ਮੰਗ ਰਿਹਾ ਕਿ ਮੈਨੂੰ 31 ਤਰੀਕ ਨੂੰ ਫਾਂਸੀ ਤੇ ਚੜਾ ਦਿਓ ਉਹ ਕਹਿੰਦਾ ਮੈਂ ਆਪਣੇ ਸਾਥੀ ਨਾਲ ਵਾਅਦਾ ਕੀਤਾ ਸੀ ਦਿਲਾਵਰ ਸਿੰਘ ਨਾਲ ਮੇਰਾ ਵਾਅਦਾ ਤੋੜ ਨਿਭ ਜਾਣ ਦਿਓ ਧਿਆਨ ਦਿਓ ਮੇਰੇ ਲਈ ਕਹਿੰਦਾ ਅਪੀਲ ਨਾ ਪਾਓ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਮੈਂ ਮਾਫੀ ਕਾਹਦੀ ਮੰਗਾਂ ਮੈਂ ਦਿਨੇ ਵੀ ਬੇਨਤੀ ਕੀਤੀ ਹੈ ਜਿਹੜਾ ਕੰਮ ਉਸ ਸਿੰਘ ਨੇ ਕੀਤਾ ਹੈ ਜੇ ਉਹ ਨਾ ਕਰਦਾ ਹੋ ਸਕਦਾ ਸਾਡੇ ਚੱਦੇ ਹੀ ਹੁੰਦੇ ਸਿੱਖ ਇੱਥੇ ਬੈਠੇ ਇੰਨੇ ਨੌਜਵਾਨ ਕਤਲ ਹੋ ਰਹੇ ਸਨ ਆ ਜਿੰਨੇ ਬੈਠੇ ਆ ਨਾ ਜਿਹੜੇ ਅੱਜ 35 ਸਾਲਾਂ ਦੇ ਨੇ 40 ਸਾਲਾਂ ਦੇ ਨੇ ਹੋ ਸਕਦਾ ਹੁੰਦੇ ਹੀ ਨਾ ਜੇ ਭਾਈ ਸਾਹਿਬ ਇਹ ਕੰਮ ਨਾ ਕਰਦੇ ਗੱਲ ਹੈ ਜਜ਼ਬੇ ਦੀ ਗੱਲ ਹੈ ਦ੍ਰਿੜਤਾ ਦੀ ਗੱਲ ਹੈ ਕਮਾਈ ਦੀ ਕਹਿਣ ਦੀ ਗੱਲ ਨਹੀਂ ਅੱਜ ਉਹ ਚੜ੍ਹਨ ਨੂੰ ਤਿਆਰ ਬੈਠਾ ਹੈ ਫਾਂਸੀ ਇਸੇ ਕਰਕੇ ਜਾਗਰਤੀ ਹੈ ਪ੍ਰੈਕਟੀਕਲ ਕਮਾ ਕੇ ਵਿਖਾ ਰਿਹਾ ਉਹ ਇਤਿਹਾਸ ਨੂੰ ਦੁਹਰਾ ਰਿਹਾ ਸਿੱਖ ਜੋ ਕਹਿੰਦੇ ਨੇ ਕਰਕੇ ਵਿਖਾਉਂਦੇ ਨੇ ਫਿਰ ਇਤਿਹਾਸ ਦੁਹਰਾਇਆ ਜਾ ਰਿਹਾ ਇਹ ਤੇ ਹੁਣ ਕੌਮ ਅਪੀਲਾਂ ਕਰਦੀ ਪਈ ਹੈ ਮੈਂ ਅੱਜ ਵੀ ਇਹ ਬੇਨਤੀ ਦਿਨੇ ਵੀ ਕੀਤੀ ਹੈ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆਇਆ ਉਹ ਅਕਾਲ ਤਖਤ ਵੱਲੋਂ ਹੁਕਮਨਾਮਾ ਨਹੀਂ ਕੌਮ ਦਾ ਹੁਕਮਨਾਮਾ ਡਿਊਟੀ ਅੱਗੇ ਤਾਂ ਚਾਹੇ ਅਕਾਲੀ ਸਰਕਾਰ ਦੀ ਲਾ ਦਿਓ ਭਾਵੇਂ ਕਾਂਗਰਸ ਹੁੰਦੀ ਤੇ ਕਾਂਗਰਸ ਦੀ ਲੱਗ ਜਾਣੀ ਸੀ ਸਰਕੋ ਤੇ ਡਿਊਟੀ ਉਹ ਤੇ ਸਿਰਫ ਨੁਮਾਇੰਦੇ ਬਣ ਕੇ ਜਾ ਰਹੇ ਨੇ ਕੌਮ ਦੇ ਤੇ ਇੱਕ ਗੱਲ ਹੋਰ ਜੇ ਉਹ ਬਚ ਕੇ ਆ ਜਾਂਦਾ ਹੈ ਉਹ ਕਿਸੇ ਸਰਕਾਰ ਨੇ ਨਹੀਂ ਬਚਾਇਆ ਉਹ ਕੌਮ ਨੇ ਬਚਾਇਆ ਪੰਥ ਨੇ ਕਿਉਂਕਿ ਫੈਸਲਾ ਕੌਮ ਨੇ ਕੀਤਾ ਹੈ ਇਹ ਦਬਾਅ ਕੌਮ ਨੇ ਪਾਇਆ ਹੈ ਇਹ ਸੁਝਾਅ ਕੌਮ ਨੇ ਦਿੱਤੇ ਨੇ ਇਹ ਹੁਕਮਨਾਮਾ ਕੌਮ ਦਾ ਹੁਕਮਨਾਮਾ ਹੈ ਜੇ ਭਾਈ ਰਾਜੋਆਣਾ ਅੱਜ ਸਾਡੇ ਵਿੱਚ ਸੱਤ ਜੇ ਵੀ ਕਿਉਂ ਕਹਿਣਾ ਹੈ ਉਹ ਸਾਡੇ 'ਚ ਆਏਗਾ ਜ਼ਰੂਰ ਕਿਰਪਾ ਹੋ ਤੇ ਉਹ ਗੁਰੂ ਕਾ ਸਿੰਘ ਜਿਹੜਾ ਕਿ ਕਈ ਕਈ ਘੰਟੇ 14-14 ਘੰਟੇ ਦਾ ਨਿਤਨੇਮ ਉਹਦਾ ਸਿੰਘ ਸਾਰਾ ਸਾਰਾ ਦਿਨ ਪਾਠ ਕਰਦਾ ਰਹਿੰਦਾ ਬੈਠ ਭਾਈ ਪਰਮਜੀਤ ਸਿੰਘ ਖਾਲਸਾ ਮੇਰੇ ਖਿਲ ਹਾਂਜੀ ਇਹ ਇਹਨਾਂ ਦਾ ਕਾਫੀ ਪਿਆਰ ਹੈ ਉਹਨਾਂ ਨਾਲ ਅੰਦਰ ਜੇਲ੍ਹ ਵਿੱਚ ਜਦੋਂ ਅੰਮ੍ਰਿਤ ਸੰਚਾਰ ਹੋਇਆ ਉਦੋਂ ਵੀ ਇਹਨਾਂ ਨੇ ਅੱਗੇ ਹਿੰਮਤ ਲੱਗ ਕੇ ਸਾਰਾ ਕੀਤਾ ਕਾਫੀ ਪ੍ਰੇਮ ਹੈ ਇਹਨਾਂ ਨਾਲ ਇਹਨਾਂ ਨੂੰ ਪਤਾ ਹੈ ਕਿ ਉਹ ਗੁਰੂ ਕਾ ਸਿੰਘ ਬਾਣੀ ਪੜ੍ਹਨ ਵਾਲਾ ਭਜਨੀਕ ਸੂਰਮਾ ਹੈ ਹੁਣ ਉਹ ਕਰਕੇ ਵਿਖਾ ਰਿਹਾ ਤਾਂ ਅਸਰ ਹੈ ਤਾਂ ਉਹਦੇ ਲਈ ਇੰਨੀ ਆਵਾਜ਼ ਬੁਲੰਦ ਹੋਈ ਹੈ ਉਹ ਗੱਲਾਂ ਵਾਲਾ ਨਹੀਂ ਨਾ ਆਪਾਂ ਕਹਿੰਦੇ ਕਰਕੇ ਵਿਖਾਣ ਲੱਗਾ ਤਾਂ ਤੁਹਾਡੇ ਬੱਚੇ ਤਾਂ ਜੁੜਨਗੇ ਜੇ ਬੱਚਿਆਂ ਨੂੰ ਸਿੱਖੀ ਵਿਖਾਓਗੇ ਖਾਲਸਾ ਵਿਖਾਓਗੇ ਸੁਣਾਉਣ ਨਾਲ ਗੱਲ ਨਹੀਂ ਬਣਨੀ ਬੇਟਾ ਗੁਰੂ ਗੋਬਿੰਦ ਸਿੰਘ ਨੇ ਸਾਡੇ
ਉਹ ਕਹੇਗਾ ਬਾਪੂ ਬਾਪੂ ਤੇਰਾ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਤੇ ਮਿਲਦਾ ਨਹੀਂ ਉਹਦੇ ਮੁਖ ਤੇ ਦਾੜਾ ਤੇ ਤੂੰ ਕੀ ਅਸਰ ਹੋਏਗਾ ਬੱਚਿਆਂ ਉੱਤੇ ਪ੍ਰਭਾਵ ਤੇ ਹੋਣਾ ਹੈ ਅੱਜ ਸਾਡੀ ਮਾਂ ਸਾਹਿਬ ਕੌਰ ਹੈ ਤੇ ਮਾਂ ਸਾਰਾ ਦਿਨ ਬੈਠੀ ਟੀਵੀ ਵੇਖੀ ਜਾਂਦੀ ਕੀ ਅਸਰ ਹੋਏਗਾ ਬੱਚੇ ਉੱਤੇ ਕੀ ਪ੍ਰਭਾਵ ਪਏਗਾ ਪ੍ਰੈਕਟੀਕਲੀ ਵਿਖਾਓ ਸੁਣਾਉਣ ਦਾ ਨਹੀਂ ਵਿਖਾਉਣ ਦਾ ਅਸਰ ਜ਼ਿਆਦਾ ਹੋਏਗਾ